are watching Channel Y. Channel Y, a South Asian Canadian channel. ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਇਮਾਨਦਾਰ ਹਨ ਤਾਂ ਵੱਡੇ ਬਾਦਲ ਦੀ ਤਰ੍ਹਾਂ ਹੀ ਡੀਜੀਪੀ ਨੂੰ ਫੋਨ ਕਰਕੇ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਕਰਨ। ਖਹਿਰਾ ਦਾ ਕਹਿਣਾ ਕਿ ਇਹ ਬਾਦਲ ਪਰਿਵਾਰ ਵੱਲੋਂ ਸਿਰਫ ਡਰਾਮੇ ਕਰਕੇ ਸਿਰਫ ਚਾਲਾਂ ਚੱਲੀਆਂ ਜਾ ਰਹੀਆਂ ਨੇ। ਸੁਖਪਾਲ ਖਹਿਰਾ ਨੇ ਸੁਖਬੀਰ ਉੱਤੇ ਤੰਜ ਕੱਸਦਿਆਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਸਮੇਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ ਸੀ, ਪਰ ਡੀਜੀਪੀ ਜਾਂ ਬਾਕੀ ਪੁਲਿਸ ਮੁਲਾਜ਼ਮਾਂ ਕੋਲ ਕੋਈ ਪਾਵਰ ਨਹੀਂ ਸੀ ਕਿਉਂਕਿ ਸਭ ਕੁਝ ਸੁਖਬੀਰ ਦੇ ਕਹਿਣ ਹਿੱਤੇ ਹੀ ਹੁੰਦਾ ਸੀ। ਇਹ ਜਿਹੜਾ ਬਾਦਲ ਸਾਹਿਬ ਦਾ ਬਿਆਨ ਸੀਗਾ, ਇਹ ਇੱਕ ਤਾਂ ਲੋਕਾਂ ਨੂੰ ਭਾਵਕ ਅਤੇ ਜਜ਼ਬਾਤੀ ਕਰਨ ਵਾਸਤੇ ਸੀਗਾ, ਔਰ ਮੈਂ ਇਹ ਕਹਿਣਾ ਚਾਹੁੰਦਾ ਬਾਦਲ ਸਾਹਿਬ ਨੂੰ ਕਿ ਜਿਹੜੀ ਪੇਸ਼ਕਸ਼ ਤੁਸੀਂ ਕੀਤੀ ਆ, ਇਹ ਆਪਣੇ ਆਪਣੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਕਹੋ ਕਿ ਉਹ ਵੀ ਪੇਸ਼ਕਸ਼ ਕਰੇ ਕਿ ਉਹ ਗ੍ਰਿਫਤਾਰੀ ਦੇਣ ਵਾਸਤੇ ਸੁਖਬੀਰ ਸਿੰਘ ਬਾਦਲ SIT ਦੇ ਮੋਹਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਉਹ ਵੀ ਤਿਆਰ ਹਨ। ਫਿਰ ਤੁਹਾਡਾ ਪਤਾ ਲੱਗੇਗਾ ਇਮਾਨਦਾਰੀ ਦਾ, ਕਿਉਂਕਿ ਸਾਡਾ ਇਹ ਮੰਨਣਾ ਵਾ ਕਿ SIT ਜਿਹੜੀ ਆ ਉਹ ਪੈਰ ਘੜੀਸ ਰਹੀ ਆ। ਜਿੱਥੋਂ ਤੱਕ ਬਾਦਲਾਂ ਦੇ ਖਿਲਾਫ ਜਾਂਚ ਦੀ ਗੱਲ ਹੈ, ਉਹ ਕੇਵਲ ਪੁਲਿਸ ਦੇ ਅਫਸਰਸ ਤੱਕ ਆਪਣੀ ਜਾਂਚ ਨੂੰ ਸੀਮਤ ਰੱਖ ਰਹੀ ਹੈ, ਔਰ ਇਸੇ ਕਰਕੇ ਬਾਦਲ ਦੀ ਇਹ ਹਿੰਮਤ ਹੋਈ ਕਿ ਉਹ ਪੰਜਾਬ ਸਰਕਾਰ ਦੇ DGP ਨੂੰ ਫੋਨ ਕਰਕੇ ਇੱਕ ਗੁਨਾਹਗਾਰ ਕਹਿ ਰਿਹਾ ਵਾ ਕਿ ਮੈਂ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਹਾਂ। ਮੈਂ ਦੁਬਾਰਾ ਕਹਿਣਾ ਚਾਹੁੰਦਾ ਵਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਸਾਡੀ ਚੁਣੌਤੀ ਆ ਕਿ ਇਹ ਬਿਆਨ DGP ਨੂੰ ਫੋਨ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵੀ ਪੇਸ਼ਕਸ਼ ਕਰਨੀ ਚਾਹੀਦੀ, ਕਿਉਂਕਿ ਅਗਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀਗੇ ਤਾਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਕਮ ਡਿਪਟੀ ਚੀਫ ਮਿਨਿਸਟਰ ਪੰਜਾਬ ਸੀਗੇ, ਔਰ ਜਿੱਦਾਂ ਦਾ ਪੁਲਿਸ ਦਾ ਵਰਕਿੰਗ ਹੈ ਪੰਜਾਬ ਦੇ ਵਿੱਚ, ਇਟ ਇਜ਼ ਟੋਟਲੀ ਸੈਂਟਰਲਾਈਜ਼ਡ। ਇੱਕ ਵੀ ਪੁਲਿਸ ਦਾ ਪੱਤਾ, ਕੋਈ ਡਿਸੀਜਨ ਚੀਫ ਮਿਨਿਸਟਰ ਅਤੇ ਹੋਮ ਮਿਨਿਸਟਰ ਇੱਕੋ ਹੀ ਪਰਿਵਾਰ ਦੇ ਸੀਗੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਕੁਛ ਨਹੀਂ ਹੁੰਦਾ ਇੱਥੇ। ਜਿੰਨੇ DSP ਲਾਏ ਜਾਂਦੇ ਨੇ, DGP ਹੈ ਨੋ ਪਾਵਰਸ, ਜਿੰਨੇ ਜ਼ਿਲ੍ਹਿਆਂ ਵਿੱਚ SSP ਨੇ ਪੋਲੀਟੀਕਲੀ ਅਪੁਆਇੰਟ ਕੀਤੇ ਜਾਂਦੇ ਨੇ, ਜਿੰਨੀਆਂ ਸਬ ਡਿਵੀਜ਼ਨਾਂ ਵਿੱਚ DSP ਨੇ ਉਹ ਕਾਂਗਰਸ ਦੇ ਪਹਿਲਾਂ ਅਕਾਲੀਆਂ ਦੇ ਅਤੇ ਹੁਣ ਕਾਂਗਰਸ ਦੇ ਮਿਨਿਸਟਰਸ ਅਤੇ MLAs ਦੇ ਕਹਿਣ 'ਤੇ ਪੋਸਟ ਕੀਤੇ ਜਾਂਦੇ ਨੇ। ਜਿੰਨੇ ਪੁਲਿਸ ਸਟੇਸ਼ਨਸ ਦੇ ਥਾਣੇਦਾਰ SHO ਨੇ ਉਹ ਸਾਰੇ ਇਹਨਾਂ ਦੀ ਕਹਿਣ 'ਤੇ ਮਰਜ਼ੀ 'ਤੇ ਪੋਸਟ ਕੀਤੇ ਜਾਂਦੇ ਨੇ। ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਦੇ ਵੇਲੇ ਮੁਨਸ਼ੀ ਵੀ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਦੇ ਨਾਲ ਲਾਏ ਜਾਂਦੇ ਸੀਗੇ, ਔਰ ਬਾਦਲ ਸਾਹਿਬ ਔਨ ਰਿਕਾਰਡ ਆ ਪਿਛਲੀ ਵਿਧਾਨ ਸਭਾ ਵਿੱਚ ਕਿ ਮੇਰੀ ਨਿਗਾਹ ਇੰਨੀ ਤਿੱਖੀ ਆ ਪੰਜਾਬ ਦੇ ਵਿੱਚ, ਅਗਰ ਕੀੜੀ ਵੀ ਜਾਂਦੀ ਪੰਜਾਬ ਦੀ ਧਰਤੀ 'ਤੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ, ਮੁੱਖ ਮੰਤਰੀ ਨੂੰ ਉਹ ਕੀੜੀ ਵੀ ਨਜ਼ਰ ਆਉਂਦੀ ਹੈ। ਇਸ ਲਈ ਹੁਣ ਉਹ ਮੁੱਕਰਦੇ ਨੇ ਕਿ ਅਸੀਂ ਨਾ ਬੇਅਦਬੀ ਕਰਾਈ ਆ, ਨਾ ਅਸੀਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਨੇ। ਇਹ ਤੱਥਾਂ ਦੇ ਬਿਲਕੁਲ ਉਲਟ ਆ, ਕਿਉਂਕਿ ਸੁਮੇਧ ਸਿੰਘ ਸੈਣੀ ਦਾ ਐਫੀਡੇਵਿਟ ਜਿਹੜਾ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਲੈਟਰ ਲਿਖੀ, ਉਹਦੇ 'ਚ ਉਹਨਾਂ ਨੇ ਕਬੂਲਿਆ ਕਿ 14 ਅਕਤੂਬਰ 2015 ਦੀ ਅੱਧੀ ਰਾਤ 2 ਵਜੇ ਚੀਫ ਮਿਨਿਸਟਰ ਨੇ DGP ਨੂੰ ਟੈਲੀਫੋਨ ਕੀਤਾ ਗਿਆ। ਇਹ ਖੁਲਾਸਾ ਹੁਣ ਟੈਲੀਫੋਨ ਵਿੱਚ ਕੀ ਸੀਗਾ, ਇਹ ਤਾਂ ਸੁਮੇਧ ਸਿੰਘ ਸੈਣੀ ਆਪਣੀ SIT ਦੇ ਮੋਹਰੇ ਆਪਣੇ ਬਿਆਨਾਂ ਵਿੱਚ ਦੱਸੇਗਾ। You are watching Channel Y, a South Asian Canadian channel.